ਬਾਬਾ ਬਕਾਲਾ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਸੀਵਰੇਜ ਦੀ ਸਫਾਈ ਕਰਨ ਲਈ ਸੀਵਰੇਜ ਉਤਰੇ ਦੋ ਸਫਾਈ ਕਰਮਚਾਰੀਆਂ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਇਲਾਕੇ ਦੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਤ ਨਾਲ ਦੋਨਾਂ ਨੂੰ ਸੀਵਰੇਜ 'ਚੋਂ ਬਾਹਰ ਕੱਢਿਆ, ਪਰ ਦੋਨਾਂ ਨੂੰ ਬਾਹਰ ਕੱਢਣ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੀ ਪਹਿਚਾਣ ਵਿਜੇ ਪ੍ਰਤਾਪ ਅਤੇ ਮੁਕੇਸ਼ ਦੇ ਰੂਪ 'ਚ ਹੋਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ। ਭਾਈ ਮੇਰਾ ਨਾਮ ਰੋਹਿਤ ਕੋਸ਼ਿਕਾ, ਅੱਜ ਤੋਂ ਮੈਂ 15 ਦਿਨ ਪਹਿਲਾਂ ਫੇਸਬੁੱਕ 'ਤੇ ਸਾਰਾ ਕੁਝ ਪਾਇਆ ਸੀ ਕਿ ਸੀਵਰੇਜ ਭਰੇ ਹੈਗੇ ਆ, ਬਿਜਲੀ ਦੇ ਖੰਭਿਆਂ ਦੇ ਲਾਗੇ ਸਿੱਧਾ ਪਾਣੀ ਭਰਿਆ, ਤੁਸੀਂ ਮੇਰੀ ਫੇਸਬੁੱਕ ਚੈੱਕ ਕਰ ਸਕਦੇ ਹੋ ਉਹਦੇ ਵਿੱਚ, ਅਤੇ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ, ਇਹਨਾਂ ਈਓ ਸਾਹਿਬ ਵੱਲੋਂ ਈਓ ਦੀ ਹਾਲਤ ਇਹ ਹੈਗੀ ਆ ਕਿ ਭਾਈ ਕਿਸੇ ਦਾ ਫੋਨ ਨਹੀਂ ਚੱਕਦੇ, ਡਿਪਟੀ ਡਾਇਰੈਕਟਰ ਦੀ ਵੀ ਇਹ ਹੈਗੀ ਆ ਹਾਲਤ ਕਿ ਕਿਸੇ ਦਾ ਫੋਨ ਨਹੀਂ ਚੁੱਕਦੇ। ਰਿਹਾ ਦੇ ਵਿੱਚ ਮੇਲਾਂ ਪਈਆਂ, ਚੰਡੀਗੜ੍ਹ ਤੱਕ ਮੈਂ ਮੇਲਾਂ ਪਈਆਂ ਇਹਨਾਂ ਦੀਆਂ, ਪਰ ਆਪਣੇ ਸਰ ਆਪਣੇ ਮੌਜੂਦਾ ਜਿੰਨੇ ਵੀ ਹੈਗੇ ਨਾ, ਜਿੰਨੇ ਵੀ ਐਸ ਐਮ ਅਹੁਦਿਆਂ ਦੇ ਬੇਟੇ ਹੈਗੇ ਆ, ਉਹ ਸਭ ਇਹਨਾਂ ਦੀ ਲਾਪਰਵਾਹੀ ਆ। ਇਹ ਦੋ ਬੰਦੇ ਨਜਾਇਜ਼ ਮਰੇ ਹੈਗੇ ਆ, ਇਹ ਉਹਨਾਂ ਦੀ ਵਜ੍ਹਾ ਹੈਗੀ ਆ, ਕਿਉਂਕਿ ਕਿੰਨਾ ਕਮੇਟੀ ਦੇ ਪੈਸੇ ਹੈਗੇ ਆ, ਕਮੇਟੀ ਦੀ ਇਹ ਆਦਾ ਕਿ ਕੂੜੇ ਦੇ ਉੱਪਰ ਪਾਉਣ ਲਈ ਨਾ ਕਮੇਟੀ ਟਰਾਲੀ ਦੇ ਪੈਸੇ ਨਹੀਂ ਹੈਗੇ ਨਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦਾ? ਪ੍ਰਸ਼ਾਸਨ ਤੋਂ ਮੰਗ ਕਰਦਾ ਜੀ, ਤੁਹਾਡੇ ਕੋਲ 2 ਸਾਲ ਦਾ ਹੀ ਕਰ ਲਿਆ, ਤੁਸੀਂ ਨਹੀਂ ਕੀਤਾ, ਜਿਹੜੇ ਘੱਟ ਉਹਦਾ 3 ਸਾਲ ਰਹਿੰਦੇ ਘੱਟ ਉਹਨਾਂ ਵਿੱਚ ਕੋਈ ਕੰਮ ਕਰੋ, ਕਿ ਹੋਰ ਕਿੰਨੇ ਬੰਦੇ ਬਣਵਾਓਗੇ ਇਹਦੇ ਵਿੱਚੋਂ? ਸਹੀ ਗੱਲ ਸਰ, 50 ਬੰਦੇ ਕੰਮ ਕਰ ਰਹੇ, ਜਿੱਥੇ ਸਰ 20 ਮੇਰੇ ਸਾਹ ਅੰਦਾਜ਼ੇ ਨਾਲ ਸਰ 20 ਬੰਦੇ ਪੱਕੇ ਆ, ਬਾਕੀ ਧੱਕੇ ਖਾਣ ਡੇ। ਪ੍ਰਤਾਪ ਅਤੇ ਸੁਰੇਸ਼ ਕੁਮਾਰ ਜੀ, ਜਿਹੜਾ ਗਟਰ ਸਰਕਾਰੀ ਗਟਰ ਸੀ ਉਹ ਸਾਫ ਕਰ ਰਹੇ ਸੀਗੇ, ਜਿਹੜਾ ਕਿ ਦੋਨੇ ਬੰਦੇ ਠੇਕੇਦਾਰ ਦਿਨੇਸ਼ ਜੀ ਨੇ ਰੱਖੇ ਸੀ, ਅਤੇ ਉਹ ਜੋ ਗਟਰ ਸਾਫ ਕਰਨ ਲਈ ਥੱਲੇ ਉਤਰੇ ਤਾਂ ਉਹਨਾਂ ਨੂੰ ਗੈਸ ਚੜ੍ਹ ਗਈ, ਪਹਿਲਾਂ ਇੱਕ ਜਣੇ ਚੜ੍ਹੀ, ਮੁੜ ਕੇ ਦੂਸਰਾ ਨੂੰ ਬਚਾਉਣ ਲਈ ਗਿਆ ਤਾਂ ਦੋਨਾਂ ਨੂੰ ਗੈਸ ਚੜ੍ਹ ਗਈ, ਜਿਹਨਾਂ ਨੂੰ ਜਲਦੀ ਪੁਲਿਸ ਦੀ ਮਦਦ ਦੇ ਨਾਲ ਅਸੀਂ ਹਸਪਤਾਲ ਬਾਬਾ ਕਾਲਾ ਲਿਆਂਦਾ, ਫਿਰ ਥੋੜ੍ਹੇ ਚਿਰ ਉਹਦਾ ਟ੍ਰੀਟਮੈਂਟ ਚੱਲਿਆ, ਜਿਸ ਤੋਂ ਬਾਅਦ ਉਹਨਾਂ ਦੀ ਦੋਨਾਂ ਦੀ ਡੈਥ ਹੋ ਗਈ। ਸਰ ਪਰਿਵਾਰ ਵਾਲਿਆਂ ਦਾ ਦੋਸ਼ ਹੈ ਜੀ ਕਿ 1 ਘੰਟੇ ਬਾਅਦ ਉਹਨਾਂ ਦੀ ਲਾਸ਼ਾਂ ਅੰਦਰੋਂ ਕੱਢੀਆਂ ਗਈਆਂ? ਜਦੋਂ ਸਾਨੂੰ ਇਤਲਾਹ ਮਿਲੀ ਲੋਕਾਂ ਨੇ ਵੀ ਉਦੋਂ ਕੱਢੀਆਂ, ਅਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਅਤੇ ਪਰਿਵਾਰ ਵਾਲੇ ਕਿਹਦੇ 'ਤੇ ਦੋਸ਼, ਕਿਹਦੇ 'ਤੇ ਕਸੂਰ ਮੰਨਦੇ? ਉਹਨਾਂ ਦੀ ਸਟੇਟਮੈਂਟ ਜੀ ਲੈ ਰਹੇ ਹਾਂ, ਅਤੇ ਉਹਨਾਂ ਜੋ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਅਸੀਂ ਕਰ ਰਹੇ। ਉਹਨਾਂ ਦਾ ਦੋਸ਼ ਇਹ ਆ ਕਿ ਉਹ ਪੂਰਾ 45 ਮਿੰਟ ਤੋਂ 1 ਘੰਟਾ ਲਾ ਲਓ ਤੁਸੀਂ, 1 ਘੰਟਾ ਗਟਰ ਦੇ ਵਿੱਚ ਰਿਹਾ ਉਸ ਵਕਤ, ਨਾ ਕੋਈ ਅਧਿਕਾਰੀ ਪੁਲਿਸ ਦਾ ਅਤੇ ਨਾ ਕੋਈ ਉਹਨਾਂ ਦਾ ਮਤਲਬ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ। ਜਦੋਂ ਪੁਲਿਸ ਨੂੰ ਅਤੇ SDM ਸਾਹਿਬ ਨੂੰ ਪਤਾ ਲੱਗਾ ਸੀ ਉਸ ਵੇਲੇ ਮੌਕੇ 'ਤੇ ਪਹੁੰਚ ਗਿਆ, ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ। ਪੁਲਿਸ ਕੀ ਕਾਰਵਾਈ ਕਰੇਗੀ? ਪੁਲਿਸ ਉਹਨਾਂ ਦੇ ਜੋ ਵੀ ਸਟੇਟਮੈਂਟ ਦੇਣਗੇ ਉਹਨਾਂ ਦੀ ਮਾਤਾ ਜਾਂ ਪਿਤਾ ਪਰਨ ਵਾਲਿਆਂ ਦੇ, ਉਹਦੇ ਖਿਲਾਫ ਅਸੀਂ ਲੀਗਲ ਐਕਸ਼ਨ ਲਵਾਂਗੇ। ਮਲਕੀਤ ਸਿੰਘ ਦੀ ਰਿਪੋਰਟ, KDT ਨਿਊਜ਼, ਅੰਮ੍ਰਿਤਸਰ। ਪਰਿਵਾਰ ਵਾਲਿਆਂ ਨੇ ਕੀ ਮੰਗ ਰੱਖੀ? ਹਜੇ ਚੱਲ ਰਹੀ ਗੱਲਬਾਤ, SPD ਸਾਹਿਬ ਵੀ ਆਏ ਨੇ, SDM ਸਾਹਿਬ ਬੈਠੇ ਨੇ, ਗੱਲਬਾਤ ਚੱਲ ਰਹੀ ਹੈ। ਜੋ ਵੀ ਮੰਗ ਰੱਖਣਗੇ ਉਹਦੇ ਮੁਤਾਬਕ ਅਸੀਂ ਉਹਨਾਂ ਜਾਇਜ਼ ਮੰਗ ਜਿਹੜੀ ਪੂਰੀ ਕਰਾਂਗੇ।